ਸਮੇਂ ਦਾ ਸਾਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਸੀ, ਉਹ ਸਮਾਂ ਸਾਡੀ ਮੁੱਠੀ ਦੇ ਵਿੱਚ ਆ ਗਿਆ। ਪੱਟੀ ਮਾਲੀ ਦਾ ਸੀ, ਪਹਿਲੇ ਮੁਕਾਬਲਾ ਕਰਾਉਣ ਲੱਗੇ ਆ। ਇਹ ਆ ਮੰਨੂ ਪਹਿਲਵਾਨ ਦਿੱਲੀ ਰੇਲਵੇ ਦੇ ਆ, ਇਹ ਪਹਿਲਵਾਨ ਆ, ਸਪੋਰਟਸ ਖਾਤੇ ਦੇ ਵਿੱਚ ਇਹਨੂੰ ਨੌਕਰੀ ਮਿਲੀ ਆ। ਤੇ ਨਾਲ ਤਾਰਕ ਪਹਿਲਵਾਨ ਜੰਮੂ, ਆ ਵੀ ਤਾਰਕ, ਆ ਵੀ ਖਾਰੇ ਬਾਦਸ਼ਾਹ ਵਿੱਚ ਲਾਈ ਦੋਨਾਂ ਪਹਿਲਵਾਨਾਂ ਵਿੱਚ ਬਹੁਤ ਵਧੀਆ ਮੁਕਾਬਲਾ ਹੋਣ ਜਾ ਰਿਹਾ। ਇਸ ਕੁਸ਼ਤੀ ਵਿੱਚ ਜਿਹੜਾ ਪਹਿਲਵਾਨ ਜੇਤੂ ਹੋਊਗਾ ਉਹ 1000 ਰੁਪਈਆ ਤੇ ਉਪ ਜੇਤੂ ਦਿੱਤਾ ਜਾਵੇਗਾ 9000 ਰੁਪਈਆ। ਬੋਲੋ ਬੋਲੋ ਰੱਖਦਾ ਤਾਂ ਪੀਰ ਕੀ ਜੀ।
ਕਦੀ ਨਹੀਂ ਸੁਣੀਆਂ ਐਸੀ ਮੋਹਰ ਤੁਸੀਂ ਮੱਥੇ ਉੱਤੇ ਲਾ ਦਿਓ ਕਿ ਮੁੜ
ਮੁੜਕੇ ਨਾ ਚੁੱਕੇ ਵੈਰੀ ਅੱਖ ਨੂੰ, ਉਹ ਫੱਕੀਆਂ ਉਡਾ ਰਹੇ ਫੌਜੀ ਵੀਰਿਓ, ਮੁੜਕੇ ਨਾ ਟੱਪੇ ਵੈਰੀ ਭਾਰਤ ਦੀ ਵੱਤ ਨੂੰ। ਜੇ ਇੰਡੀਆ ਆਰਮੀ ਨੂੰ ਪਿਆਰ ਕਰੇਗਾ ਜ਼ੋਰਦਾਰ ਤਾੜੀ ਮਾਰ ਲਓ। ਸੱਟਾ
ਕਰ ਸਕਦੇ। ਪਹਿਲਵਾਨੀ ਵਿੱਚ ਲੋਹੇ ਦੇ ਚਣੇ ਚੱਬਲ ਬਰਾਬਰ ਹੁੰਦੀ ਆ। ਲਾਲੀ ਢੋਲੀ ਬਹੁਤ ਵਧੀਆ ਕੁਸ਼ਤੀ ਦੋਨਾਂ ਪਹਿਲਵਾਨਾਂ ਵਿੱਚ ਚੱਲ ਰਹੀ ਆ ਕਿ ਕੋਈ ਬਣ ਗਿਆ ਰੌਣਕ ਅੱਖੀਆਂ ਵਾਲੀ, ਕੋਈ ਛੱਡ ਕੇ ਸੀਸ ਮਹਿਲ ਚੱਲਿਆ। ਕੋਈ ਬਣ ਗਿਆ ਰੌਣਕ ਅੱਖੀਆਂ ਵਾਲੀ, ਕੋਈ ਛੱਡ ਕੇ ਸੀਸ ਮਹਿਲ ਚੱਲਿਆ। ਕੋਈ ਪਲਿਆ ਨਖਰਿਆ ਨਾਜਾਂ ਨਾਲ, ਤੇ ਕੋਈ ਤੱਤੀ ਰੇਤ ਦੇ ਥਲ ਚੱਲਿਆ। ਕੋਈ ਭੁੱਲ ਗਿਆ ਮਕਸਦ ਆਵਣ ਦਾ, ਕੋਈ ਕਰਕੇ ਮਸਲੇ ਹੱਲ ਚੱਲਿਆ। ਓਏ ਗੁਲਾਮ ਫਰੀਦ ਦਾ ਇੱਥੇ ਸਭ ਮੁਸਾਫਰ ਨੇ,